اے آکاش واણી جموں ہے سنیا خبریں چن دا স্বাগত پہلے خاص خاص خبریں کرنے میں ودے بجاج پچھلے 24 گھنٹے اندرن سکیشا بلیں کشمیر کا ٹیچ سات دہشت گردی کی ماری مگایا اس بڑے اجندڑی 114 دہشت گردی مارے گئے جن دے چ 33 ودیشی دہشت گردی ہے راشٹری جانچ ایجنسی این آئی اے نے دکنی کشمیر چ اج کئی تھارے پر چھاپے مارے نیں ای چھاپے مارچ مہینے دے دہشت گردی حملے دے سلسلے چ مارے گئے نیں ਪਧਰਵਾਚ कर्फ्यू ਅਟਾਈਲਾਤਾ ਗਿਆ ਹੈ 10 ਦਿਨ ਬਾਅਦ ਅਜੁੱਥੇ ਸਕੂਲ ਵੀ ਪਰਤੀਏ ਖੁੱਲੀ ਗਏ ਨਾ ਕਠੂਆ ਚ ਇੱਕ ਪ੍ਰਾਈਵੇਟ ਬੈਂਕ ਚ ਸਨ ਲਾਈ ਹੈ 1 ਕਰੋੜ ਰੁਪਏ ਦੀ ਰਕਮ ਲੁੱਟਣ ਦੇ ਮਾਮਲੇ ਚ 16 ਲੱਖ ਰੁਪਏ ਬਰਾਮਦ ਚੋਰੇਂ ਕੀ ਤੁੱਪਣੇ ਲਈ ਕਾਰਵਾਈ ਜਾ ਰਹੀ ਹੈ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਉਰੇ ਆਖਿਆ ਜੇ ਸਰਕਾਰ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਤੀ ਵਿਕਾਸ ਲਈ ਵਚਨੇ ਪਰ ਜੀਦੀ ਹੈ ਤੇ ਸਮੂਲਚਾ ਰਾਸ਼ਟ ਕੱਲ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਗ ਦੁਨੀਆ ਪਰ ਅੱਜ ਇਸ سلسلے ਚ ਕਈ ਕਾਰਜਕ੍ਰਮੇ ਦਾ ਸਿਰਸਤਾ ਕੀਤਾ ਜਾ ਕਰਦਾ ਹੈ ਜੰਮੂ ਕਸ਼ਮੀਰ ਚ ਤਰਉ ਵਿਰਾਸਤੀ ਥਾਰੇ ਪਰ ਵਿਸ਼ੇਸ਼ ਆਯੋਜਨ ਪ੍ਰਧਾਨ ਮੰਤਰੀ ਯੋਗ ਸਨਮਾਨ ਦਿੱਤੀ ਗਈ ਕੋਸ਼ਨਾ ਖਬਰਾਂ ਦੀ ਤਫਸੀਲ ਕਰਨਾ ਜਗਮੋਹਨ ਸ਼ਰਮਾ ਜੰਮੂ ਕਸ਼ਮੀਰ ਪੁਲਿਸ ਆਜ ਆਖਿਆ ਜੀ ਸੁਰੱਖਿਆ ਬਲੇ ਇਸ ਬਰੇ ਅਜੇ ਤੱਕ ਕਸ਼ਮੀਰ ਚ 33 ਵਿਦੇਸ਼ੀ ਆਤੰਕਵਾਦੀਆਂ ਸਨੇ ਕੁਲ 114 ਆਤੰਕਵਾਦੀਆਂ ਦੀ ਮਾਰੀ ਮੁਕਾਇਆ ਹੈ ਕਸ਼ਮੀਰ ਰੇਂਜ ਦੇ ਆਈਜੀਪੀ ਵਿਜੇ ਕੁਮਾਰ ਹੁੰਦੇ ਮੁਜਬ ਕਸ਼ਮੀਰ ਚ ਪਿਛਲੇ 24 ਘੰਟੇ ਦੌਰਾਨ ਹੋਏ ਦੇ ਤਰੇ ਬਕ ਬਕ ਟਾਕਰੇ ਚ ਸੁਰੱਖਿਆ ਬਲੇ ਕੁਲ 7 ਆਤੰਕਵਾਦੀਆਂ ਦੀ ਮਾਰੀ ਮੁਕਾਇਆ ਇੰਦੇ ਚ 4 ਆਤੰਕਵਾਦੀ ਕੁਪਵਾੜਾ 9 ਆਤੰਕਵਾਦੀ ਗੁਲਗਾਮ ਤੇ 1 ਆਤੰਕਵਾਦੀ ਪੁਲਵਾਮਾ ਜ਼ਿਲ੍ਹੇ ਚ ਮਾਰਿਆ ਗਿਆ ਟਾਕਰੇ ਵਾਲੀ ਥਾਰੇ ਥਮਾ ਇਤਰਾਜ਼ ਜੋਗ ਸਮਿਆਨ ਸਨੇ ਥਿਆਰ ਤੇ ਗੋਲਬਰੂਦ ਵੀ ਬਰਾਮਦ ਕੀਤਾ ਗਿਆ राष्ट्रीय जांच एजेंसी एनआईए ने आज दक्षिणी कश्मीर के कई इलाके में छापेमारी की छापेमारी एक आतंकी हमले संबंधी मामले की गई है सूत्रे मुजब इस पर ग्यारह मार्च की दरसाह पुलवामा च सुरक्षाबलों पर कि दे आतंकी हमले के सिलसिले में छापेमारे गए जानकारी मुजब एनआईए के अधिकारियों इस मामले में पुछगिछ किश रोज पहले चार बखार थोड़ी पुछगिच चुक है जिन्हें हासिल जानकारी के बाद अजे आ छापेमारी की उस रोज की छापेमारी दौरान नियंत्रण रेखा के रोआर पार बंज बपार की आड़ कथित तौरा पर पेदर कानूनी तौरा पर लैन देन के सिलसिले में छापेमारी की जरा इस्तेमाल आतंकवादियों की मदद भद्रवाह च कि एतराज सोशल मीडिया पोस्टें ले कस्बे सांप्रदायिक तनोतनी आला माहौल बनने करी दसें दिन तक बंद रौने पर आज शिक्षा इदारे परत खोली दाता गया पिछले चौबी घंटे दौरान हालात रमानदारी आने रोने कोई माड़ी घटना पेश नहीं आने के मद्देनजर भद्रवाह कस्बे दे ਵੇਲੇ ਕਰਫਿਊ ਉਟਾਇਲਾ ਗਿਆ ਹੁਣ ਰਾਤੀ ਵੇਲੇ ਕਰਫਿਊ ਬਰੋਬਰ ਜਾਰੀ ਰੋਗ ਕਸਬੇ ਚ ਮੋਬਾਈਲ ਇੰਟਰਨੈਟ ਸੇਵਾਆਂ ਕੀ ਅਜੇ ਵੀ ਮੁੱਤਰ ਰੱਖਿਆ ਗਿਆ ਹੈ ਚੰਦੇ ਰੋਜ਼ ਬ੍ਰੌਡਬੈਂਡ ਇੰਟਰਨੈਟ ਸੇਵਾਆਂ ਕੀ ਬਾਲ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਮੁਜਬ ਕਸਬੇ ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਤੇ ਸੁਰੱਖਿਆ ਬਲ ਦੀ ਤੈਨਾਤੀ ਬਰੋਬਰ ਜਾਰੀ ਰੱਖੀ ਗਈ ਹੈ ਅੱਜ ਦੇ ਸੋਮਵਾਰ ਦੀ ਮਝਾਟੀ ਰਾਤੀ ਕੁੱਠੂਆ ਜ਼ਿਲ੍ਹੇ ਦੇ ਅਟਲੀ ਮੋੜ ਇਲਾਕੇ ਚ ਇੱਕ ਪ੍ਰਾਈਵੇਟ ਬੈਂਕ 'ਚ ਸਨ ਲਾਇਏ 1 ਕਰੋੜ ਰੁਪਏ ਦੀ ਨਕਦੀ ਲੁੱਟਣ ਦੀ ਖਬਰ ਹੈ ਜਾਣਕਾਰੀ ਮੁਜੱਬ ਜੋਰੇ ਬੈਂਕ ਦੇ ਸਕਿਉਰਿਟੀ ਗਾਰਡ ਕੀ ਬੰਨੀ ਹੈ ਬੈਂਕ ਦੀ ਤਜੋਰੀ ਤੋੜੀ ਤੇ 1 ਕਰੋੜ ਰੁਪਏ ਦੀ ਨਕਦੀ ਲਈ ਜਨ ਸੀਗੇ ਪੁਲਸਾ ਮਾਮਲਾ ਦਰਜ ਕਰੀਏ ਚੋਰਾਂ ਕੀ ਫਕਰਨੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਦੀਆ ਔਰ ਬਿਉਰੇ ਕੀ ਬਲ ਗਿਆ ਜਾਦਾ ਪਰ ਉਹਨੇ ਕੋਲਾ ਕਿਸ ਚਿਰ ਪਹਿਲੇ ਤੋਂ ਇਹ ਜਾਣਕਾਰੀ ਮੁਜੱਬ ਐਸਐਸਪੀ ਕੁੱਠੂਆ ਆਰਸੀ ਕੋਤਵਾਲੋਂ ਨੇ ਦੱਸਿਆ ਜੇ ਲੁੱਟ ਦੀ ਰਕਮ ਚਾ 16 ਲੱਖ ਰੁਪਏ ਬੈਂਕ ਦੇ ਕੰਨਿਆਲੀ ਮਾਰਤ ਚਾ ਬ੍ਰਾਹਮਤ ਕਰ ਲਾਤੇਗੇ ਨਾ ਜਿਠੂਆ ਏ ਚੋਰ ਬੈਂਕ ਚ ਸਨ ਲਾਈ ਅੰਦਰ ਬੜੇ ਹੈ ਪੁੱਛ ਗਿਚ ਲਈ ਬੈਂਕ ਦੇ ਦੋਂ ਗਾਰਡਿੰਗ ਹੀ ਇਰਾਸ਼ਤਾ ਚਲਾਤਾ ਕਿਦਾ ਹੈ ਪਾਰਤੀ ਫੌਜ ਦੇ 7 ਮਾਰ ਯੂਨਿਟ ਪਾਸਿਆ ਅੱਜ ਰਾਜੋਰੀ ਜ਼ਿਲ੍ਹੇ ਦੇ ਡੂੰਗੀ ਇਲਾਕੇ ਚੇਕ ਜਾਗਰੂਕਤਾ ਕੈਂਪ ਦਾ ਸਿਰਸhta ਕੀਤਾ ਗਿਆ ਤਾਂ ਜੋ ਨੌਜਵਾਨੇ ਕੀ ਅਗਨੀ ਪਥ ਯੋਜਨਾ ਬਾਰੇ ਜਾਣਕਾਰ ਬਨਾਇਆ ਜਾ ਸਕੇ ਕਾਰਜਕ੍ਰਮ ਚ ਖਰੀਮਤੀ ਗਿੰਦਰੀ ਚ ਨੌਜਵਾਨੇ ਸਹ ਲਤਾ ਇਸ ਦੌਰਾਨ ਫੌਜ ਦੇ ਅਧਿਕਾਰੀ ਉਹਨੇ ਕੀ ਅਗਨੀ ਪਥ ਯੋਜਨਾ ਦੇ ਫਾਇਦੇ ਦੇ ਬਾਰੇ ਚ ਜਾਣਕਾਰੀ ਦਿੱਤੀ ਜਾਗਰੂਕਤਾ ਕਾਰਜਕ੍ਰਮ ਦੇ ਬਾਅਦ ਆਕਾਸ਼ ਵਣੀ ਖਬਰਾਂ ਕਰਨੀ ਗਾਲ ਕਰਦੇ ਹੋਏ ਕਿਛੂ ਯੁਵਾਇ ਇਸ ਚਾਲੀ ਆਪਣਾ ਸੰਦੋਖ ਝਾਰ ਕੀਤਾ आज आर्मी की तरफ से एक कैंप लगा है जिसमें हमें आज अग्निवीर के बारे में बताया गया कि क्या कुछ है और हमारे दिमाग में जितने भी सवाल थे उसके बारे में इन्होंने जवाब दिया बहुत ही अच्छी तरह से और हमें उम्मीद है जिस स्कीम बहुत अच्छे से लोग भी समझेंगे इसको आगे युवाओं के लिए बहुत ही ज्यादा अच्छी स्कीम साबित होगी हमें आर्मी ने बहुत ही अच्छे तरीके से स्कीम के बारे में बताया जो अग्निवीर है हमें उम्मीद है की सरकार इसमें और भी अच्छा करेगी आगे बेरोजगारी भी दूर होगी इससे हमें फायदा भी है इसका हमें ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੀਆਂ ਅੱਜ ਆਖਿਆ ਕਿ ਸਰਕਾਰ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਂਤ ਦੇ ਵਿਕਾਸ ਲਈ ਵਚਨੇ ਬੱਝੀ ਦੀ ਹੈ ਤੇ ਇਹਦੇ ਲਈ ਸਰਕਾਰ ਹੈ ਕਿ ਵਿਕਾਸ ਸਕੀਮਾਂ ਤੇ ਪਰਿਯੋਜਨਾ ਸ਼ੁਰੂ ਕੀਤੀ ਦੀਆਂ ਨਾ ਅੱਜ ਬਣੀ ਚ ਇੱਕ ਰੈਲੀ ਕੀ ਸੰਬੋਧਿਤ ਕਰਦੇ ਹੋਏ ਉਹਨੇ ਆਖਿਆ ਕਿ ਸਰਕਾਰ ਦੂਰ ਦਰੇਡੇ ਗ੍ਰਾਮੀਣ ਤੇ ਪਛੜੇ ਦੇ ਇਲਾਕਿਆਂ ਦੇ ਵਿਕਾਸ ਲਈ ਬੱਖੀ ਚੇਚਾ ਧਿਆਨ ਦੇ ਆਰਦੀ ਹੈ ਉਹਨੇ ਕਿਹਾ ਕਿ ਪਿਛਲੇ 8 ਬਰੇ ਦੌਰਾਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੀ ਰਮਾਨਦਾਰੀ ਤਰੱਕੀ ਤੇ ਖੁਸ਼ਹਾਲੀ ਦੇ ਬੱਤਾ ਪਰ ਅਗੜੇ ਲਈ ਚਾਣ ਲਈ ਨੇਕਾ ਯੋਜਨਾ ਤਿਆਰ ਕਰੀਏ ਉਹਨੇ ਕੀ ਅਮਲ ਚ ਆਂਦਾ ਹੈ ਜਿੰਦੇ ਨਤੀਜੇ ਉਨਸਾਫ ਲੱਭਾ ਕਰਦੇ ਨਾ ਇੱਕ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪ੍ਰਸਾਣਾ ਦਿਓ ਬਾਕੀ ਦੀਆਂ ਖਬਰਾਂ ਕੰਨੇ ਵਿਜੇ ਪਾਜ ਸਮੂਲ ਚਾ ਮੁਲਕ ਕੱਲ 21 ਜੂਨ ਕੀ ਮਨਾਏ ਜਾਣੇ ਵਾਲੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਲਈ ਪੂਰੀ ਚਾਲੀ ਤੇ ਆ ਰਿਹਾ ਹੈ ਮੁਲਕ ਦੀਆਂ ਜਿਹੜੀ 75 ਇਤਿਹਾਸਿਕ ਤੇ ਸਾਂਸਕ੍ਰਿਤਿਕ ਥਾਰਾਂ ਪਰ ਯੋਗ ਦੇ ਕਾਰਜਕ੍ਰਮ ਲੁਆਏ ਜਾਣੇ ਨੇ ਉਹਦੇ ਚ ਜੰਮੂ ਕਸ਼ਮੀਰ ਦੀਆਂ ਤਰੇ ਵਿਰਾਸਤੀ ਥਾਰਾਂ ਵੀ ਸ਼ਾਮਲ ਨੇ ਇੰਦੇਚ ਜੰਮੂ ਚ ਪਾਕਿਸਤਾਨ ਕੰਨੇ ਲਗਦੇ ਅੰਤਰਰਾਸ਼ਟਰੀ ਬਨਨੇਕਾਸ਼ ਸਥਿਤ ਆਰਸਪੁਰਾ ਸੈਕਟਰ ਚ ਸੁਚੇਤਕਰ ਥਰ ਸ਼ਟਨਗਰ ਚ ਸਥਿਤ ਇਤਿਹਾਸਿਕ ਡਾਲਚੀ ਲਾਲੀਥਾਰ ਤੇ ਅਨੰਤਨਾਗ ਜ਼ਿਲ੍ਹੇ ਚ ਸਥਿਤ ਮਾਰਤੰਡ ਸੂਰਜ ਮੰਦਿਰ ਸ਼ਾਮਲਨ ਪ੍ਰਧਾਨ ਮੰਤਰੀ ਦੇ ਦਫਤਰ ਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਗੌਰ ਆਰਸਪੁਰਾ ਸੈਕਟਰ ਚ ਸੁਚੇਤਕੜਾਲੇ ਬਨਨੇਕਾਸ਼ ਆਯੋਜਿਤ ਹੋਣੇ ਵਾਲੇ ਯੋਗ ਕਾਰਜਕ੍ਰਮ ਦੀ ਅਗਵਾਈ ਕਰਨਗਨ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਨ ਪਵਾਰ ਹੋਰ ਅਨੰਤਨਾਗ ਜ਼ਿਲ੍ਹੇ ਦੇ ਮਾਰਤੰਡ ਸੂਰੇ ਮੰਦਰ ਚ ਲਵਾਏ ਜਾਣ ਵਾਲੇ ਕਾਰਜਕ੍ਰਮ ਦੀ ਅਗਵਾਈ ਕਰਨਗੇ ਜਿਸ ਲਈ ਕਿ ਪੰਚਾਇਤੀ ਰਾਜ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਕਪਿਲ ਮੋਰੇਸ਼ਵਰ ਪਾਟਿਲ ਹੋਰ ਡਲਚੀਲ ਸ਼੍ਰੀਨਗਰ ਵਾਲੇ ਯੋਗ ਦਿਵਸ ਕਾਰਜਕ੍ਰਮ ਚ ਸ਼ਿਰਕਤ ਕਰਨਗੇ ਯੋਗ ਦੀ ਬੜਾਵਾ ਦੇਣ ਦੇ ਖੇਤਰ ਚ ਉਤਕ੍ਰਿਸ਼ਟ ਯੋਗਦਾਨ ਲਈ 2021 ਬਰੇ ਦੇ ਪ੍ਰਧਾਨ ਮੰਤਰੀ ਯੋਗ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਦੇ ਤਹਿਤ ਦੋ ਵਿਅਕਤੀਏ ਤੇ ਦੋ ਸੰਗਠਨਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਜਿੰਦੇ ਚ ਲੱਦਾਖ ਥਮਾ ਭੀਖੂ ਸੰਗਸੇਨਾ ਤੇ ਬ੍ਰਾਜ਼ੀਲ ਦੇ ਮਾਰਕਸ ਵਿਨੀਸ਼ੀਅਸ ਰੋਜੋ ਰੋਡਰਿਕਸ ਦੀ ਚੁਣਿਆ ਗਿਆ ਜਿਸ ਲਈ ਕਿ ਸੰਗਠਨ ਦੀ ਸ਼੍ਰੇਣੀ ਚ ਇਹ ਪੁਰਸਕਾਰ ਉੱਤਰਾਖੰਡ ਦੀ ਦੇ ਡਿਵਾਈਨ ਲਾਈਫ ਸੁਸਾਇਟੀ ਤੇ ਬ੍ਰਿਟਾਨੀਆ ਦੇ ਬ੍ਰਿਟਿਸ਼ ਵੀਲ ਆਫ ਯੋਗਾ 기 ਦਿੱਤਾ ਗਿਆ ਜੇਤੂਆਂ ਨੂੰ ਇੱਕ ਟਰਾਫੀ ਇੱਕ ਪ੍ਰਮਾਣ ਪੱਤਰ ਤੇ 5 ਲੱਖ ਰੁਪਏ ਨਗਦ ਦਿੱਤੇ ਜਾਂਦੇ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣ ਇੱਥੇ ਆ ਕੇ ਆਏ ਜਿਸ ਸਾਈਬਰ ਅਮਲੇ ਤੁਮਾ ਸੁਰਖਸ਼ਿਤ ਪਰ ਦਿਨ ਨਰਮਾਨ ਦੀ ਬੜੀ ਮਤੀ ਮੱਤੇ ਦਿੱਲੀ ਚ ਸਾਈਬਰ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਬਾਰੇ ਲੋਆਇਗੇਦੇ ਰਾਸ਼ਟਰੀ ਸੰਮੇਲਨ ਦਰਾਂ ਬੋਲਦੀ ਹੋਈ ਸ਼੍ਰੀ ਸ਼ਾਹ ਨੇ ਆਖਿਆ ਜੇ ਭਾਰਤ ਸਭਨੇ ਸੈਕਟਰ ਚ ਅਗੜਾ ਪੱਦਾ ਕਰਦਾ ਤੇ ਸਭਨੇ ਸਤਰੇ ਉਪਰ ਟੈਕਨੋਲੋਜੀ ਦੇ ਇਸਤੇਮਾਲ ਚ ਬਿਹਤਰੀ ਵੀ ਦਰਜ ਕੀਤੀ ਗਈ ਹੈ ਗ੍ਰਹਿ ਮੰਤਰੀ ਹੋਰੇ ਡਿਜੀਟਲ ਇੰਡੀਆ ਪ੍ਰੋਗਰਾਮ ਕਰੀ ਲੋਕਨੇ ਦੇ ਜੀਨ ਚ ਸਕਾਰਾਤਮਕ ਤਬਦੀਲੀਆਂ ਆਈਆਂ ਤੇ ਹੁੰਦਾ ਸਸ਼ਕਤੀਕਰਨ ਵੀ ਯਕੀਨੀ ਬਣਿਆ ਮਿਸ਼ਨ ਯੂਥ ਜੰਮੂ ਕਸ਼ਮੀਰ ਨੇ ਤੇਜਸਵਨੀ ਯੋਜਨਾ ਤਹਿਤ ਚਾਲੂ ਮਾਲੀ ਬਰੇ ਦਰਾਂ 2000 ਮਹਿਲਾ ਉਦਮੀਆਂ ਦੀ ਆਪਣੇ ਮੁਨਾਫਾ ਬਖਸ਼ ਕੰਮ ਖੋਲਣ ਲਈ ਮਦਦ ਕਰਨ ਦਾ ਨਿਸ਼ਾਨਾ ਮਿੱਥਿਆ ਹੈ ਇਸ ਸਕੀਮ ਤਹਿਤ ਇਹਨੇ ਮਹਿਲਾ ਉਦਮੀਆਂ ਦੀ ਮੁਦਰਾ ਯੋਜਨਾ ਦੇ ਤਹਿਤ ਜੰਮੂ ਕਸ਼ਮੀਰ ਬੈਂਕ ਥਮਾਂ 5 ਲੱਖ ਰੁਪਏ ਤੋੜੀ ਦੀ ਮਾਲੀ ਸਹਾਇਤਾ ਉਪਲਬਧ ਕਰਵਾਈ ਜਾਗ ਜਿਹਦੇ ਨਾਲ ਇਹ ਆਪਣਾ ਕੋਈ ਕੰਮ ਰੋਜ਼ਗਾਰ ਖੋਲੀ ਸਕਦੀਆਂ ਹਨ ਇਤੇ ਪਰ ਉਹਨੇ 10% ਦੀ ਸਬਸਿਡੀ ਵੀ ਉਪਲਬਧ ਕਰਾਈ ਜਾਗ ਇਦਰੇ ਜੰਮੂ ਕਸ਼ਮੀਰ ਦੀਆਂ ਉਹਨਾਂ ਲਈ ਯਾਨੀ ਡੋਮਿਸਾਈਲ ਮਹਿਲਾ ਜਿਹੜੀਆਂ ਘਟੋ ਘਟ ਦਸਵੀਂ ਪਾਸ ਹੋਗਣ ਇਸ ਸਕੀਮ ਲਈ ਯੋਗ ਔਗਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਦੇ ਅੱਜ ਦੋਂ ਬਰੇ ਪੂਰਿਓ ਕੇਨ ਇਹਨੇ ਦੰਗ ਬਰੇਂਦਰਾਨ ਕੁੱਲ 50 ਕਰੋੜ 78 ਲੱਖ 300 ਦੀਆਂ ਦਾ ਕੰਮ ਰੋਜ਼ਗਾਰ ਪੈਦਾ ਹੋਇਆ ਹੈ ਕੇਂਦਰ ਸਰਕਾਰ ਹੈ ਕਮਕਾਰਾਂ ਦੇ ਕਲਿਆਣ ਲਈ ਕਈ ਸਾਰੇ ਬਾਦੂਈਲੇਬੀ ਕੀਤੇ ਨੇ ਜਿੰਦੇ ਚ ਐਮਜੀ ਨਰੇਗਾ ਤਹਿਤ ਕਮਕਾਰਾਂ ਦੀ ਉਜਰਤ ਕੀ 182 ਰੁਪਏ ਤਿਆੜੀ ਤੋਂ ਵਧਾਈਏ 202 ਰੁਪਏ ਕੀਤਾ ਜਾਣਾ ਵੀ ਸ਼ਾਮਲ ਹੈ ਸਰਕਾਰਾਂ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਤਹਿਤ ইপিਐਫ ਖਾਤਿਆਂ ਚ 2583 ਕਰੋੜ ਰੁਪਏ ਪਾਈ ਹੈ ਕਮ ਰੋਜ਼ਗਾਰ ਦੇ 39 ਕਰੋੜ 51 ਲੱਖ 90 ਮੌਕੇ ਵੀ ਪੈਦਾ ਕੀਤੇ ਨੇ ਦੇਸ਼ਾ ਚ ਕੋਵਿਡ ਥਮਾ ਠੀਕ ਹੋਣ ਦੀ ਦਰ 98.6% ਤੋਈ ਗਈ ਹੈ ਦੇ ਸੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 12781 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 18 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਤੋਂ ਅੰਜਮੂ ਕਸ਼ਮੀਰ 'ਚ ਕੱਲ ਕੋਵਿਡ ਦੇ 32 ਨਵੇਂ ਮਾਮਲੇ ਸਾਹਮਣੇ ਆਏ ਜਿੰਦੇ ਚਾ 17 ਮਾਮਲੇ ਜੰਮੂ ਡਿਵੀਜ਼ਨ 'ਤਮਾ ਤੇ 15 ਮਾਮਲੇ ਕਸ਼ਮੀਰ ਕਾਟੀ ਦੇ ਬਖ ਬਖੀ ਸੰਧਮਾ ਦਰਜ ਕੀਤੇ ਗਏ। ਕੋਵਿਡ ਟੀਕਾਕਰਣ ਅਭਿਆਨ ਤਹਿਤ ਦੇਸ਼ਾਚਾ ਜਿੰਦਕਰ ਕੋਵਿਡ 'ਤਮਾ ਬਚਾ ਲੈ 196 ਕਰੋੜ 18 ਲੱਖ ਸ਼ਮਤੀ ਟੀਕੇ ਲਾਈ ਦਿੱਤੇ ਗਏ ਦਿਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਇਸਮੇ ਨਿਧੀ 26 ਤਰੀਕ ਦੀ ਆਕਾਸ਼ਵਾਣੀ ਦੇ ਆਪਣੇ ਮਨ ਕੀ ਬਾਤ ਕਾਰਕ੍ਰਮ ਰਾਹੀਂ ਦੇਸ਼ ਵਿਦੇਸ਼ ਚਰਾਵਣੀ ਵਾਲੇ ਲੋਕਾਂ ਕਨੇ ਆਪਣੇ ਮਨਾਂ ਦੀ ਗੱਲ ਸਾਂਝੀ ਕਰਨ। ਇੱਕ ਟਵੀਟ ਸੰਦੇਸ਼ ਰਾਹੀਂ ਸ਼੍ਰੀ ਮੋਦੀ ਹੋਰਿੰ ਲੋਕਾਂ ਕੀ ਗੁਜ਼ਾਰਿਸ਼ ਕੀਤੀ ਹੈ ਜਿਓ ਮਾਈਕ ਆਫ ਤੇ ਨਮੋ ਐਪ ਉੱਪਰ ਆਪਣੇ ਵਿਚਾਰ ਹੁੰਦਨੇ ਸਾਂਝੇ ਕਰਨ। ਇਹਦੇ ਇਲਾਵਾ ਲੋਕ ਟੋਲ ਫਰੀ ਨੰਬਰ 1800117800 ਡਾਇਲ ਕਰਕੇ ਵੀ ਆਪਣੇ ਸਨੇਂ ਇੰਦੀ ਜਾਂ ਪੀ ਅੰਗਰੇਜ਼ੀ ਭਾਸ਼ਾ ਚ ਪ੍ਰਧਾਨ ਮੰਤਰੀ ਹੁੰਦੇ ਕਰਨੇ ਸਾਂਝੇ ਕਰੀ ਸਕਦੇ ਨੇ। ਇਤਲਾਵ ਲੋਕ 1922 ਨੰਬਰਾਂ ਪਰ ਮਿਸਕਾਲ ਕਰੀਏ ਤੇ ਮਗਰਾ ਐਸਐਮਐਸ ਰਾਹੀਂ thoe ਦੇ ਲਿੰਕ ਪਰ ਜਾਈਏ ਵੀ ਆਪਣੇ ਸੁਝਾ ਪ੍ਰਧਾਨ ਮੰਤਰੀ ਹੁੰਦੇ ਤਗਰ ਪੁਚਾਈ ਸਕਦੇ ਨਾ ਜੰਮੂ ਕਸ਼ਮੀਰ ਚ ਅੱਜ ਗਾਸੇ ਪਰ ਅੱਧੇ ਦੁੱਬੇ ਤੋਰ ਪਰ ਬੱਦਲ ਕਨੋਏ ਤੇ ਰਹ ਪਰ ਮੌਸਮ ਆਮ ਤੋਰ ਪਰ ਖੁਸ਼ਕ ਗੈਰੀਆ ਮੌਸਮ ਵਿਭਾਗ ਨੇ ਆਖਿਆ ਜੇ ਜੰਮੂ ਕਸ਼ਮੀਰ ਚ 22 ਜੂਨ ਤਕਰ ਅਲਕੀਥਮਾ ਦਰਮਿਆਨ ਦੇ ਦਰਜੇ ਦੀ ਬਰਖਾ ਵਰਨੇ ਦੀ ਉਮੀਦ ਹੈ विभाग मुजब दक्षण कश्मीर सने जम्मू खित्ते च मंगलवार दपहरी बाद बुधवार दपहरी तोड़ी कुत कु भारी बरखा बरने मेद है जो खास खास है पिछले चौवी घंटे दौरान सुरक्षा बलें कश्मीर घाटी चत आतंकवादियों को मारी मुकाया इस बरे अजें तोरी एक सौ चौदह आतंकवादी मारे गए जैती विदेशी आतंकी हे राष्ट्रीय जांच एजेंसी एनआईए ने दखनी कश्मीर च अई थार छापे मारे ए छापे मार्च महीने होए आतंकी हमले के सिलसिले च मारे गए ਪਧਵਾਚ 커ਫਿਊਟ ਆਇਲਾਤਾ ਗਿਆ ਹੈ 10 ਦਿਨਾਂ ਦੇ ਬਾਅਦ ਅੱਜ ਉੱਥੇ ਸਕੂਲ ਪ੍ਰਤੀ ਖੁੱਲ ਗਏ ਨੇ ਕੁਠਵਾਚਿਕ ਪ੍ਰਾਈਵੇਟ ਬੈਂਕ ਕੋ ਜਸਾਨਾ ਲਾਇਏ 1 ਕਰੋੜ ਰੁਪਏ ਦੀ ਰਕਮ ਡੋਟਨੇ ਦੇ ਮਾਮਲੇ 'ਚ 16 ਲੱਖ ਰੁਪਏ ਬਰਾਮਦ ਕਰ ਲਿਆਤੇ ਗਏ ਨੇ ਚੋਰਾਂ ਕੀ ਤਪਨੇ ਲਈ ਕਾਰਵਾਈ ਚੱਲੀ केन्द्रीय मंत्री डॉ जितेंद्र सिंह ने सरकार जम्मू कश्मीर के पूरे पराते विकास लिए दी है समूलचा राष्ट्र कल अठव अंतर्राष्ट्रीय योग दिवस मनाग दुनिया भर के इस सिलसिले में कई कार्यक्रमें सरस्त किया जाता है जम्मू कश्मीर त्रं विरती थरें पर विशेष आयोजन प्रधानमंत्री योग सम्मान की घोषणा खबरें बुलेटिन समाप्त